ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਅੱਜ ਆਪਾਂ ਜਮਾ 3ਵੀਂ ਦੇ ਵਿਸ਼ਾ ਗਣਿਤ ਵਿੱਚ ਟਾਈਲਾਂ ਦੁਆਰਾ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਬਣਾਉਣੇ ਸਿੱਖਦੇ ਹਾਂ ਦੇਖੋ ਪਿਆਰੇ ਬੱਚਿਓ ਇੱਥੇ ਟਾਈਲਾਂ ਤੋਂ ਬਣੇ ਕੁਝ ਡਿਜ਼ਾਈਨ ਹਨ ਇਸ ਤਰ੍ਹਾਂ ਦੇ ਡਿਜ਼ਾਈਨ ਆਪਾਂ ਆਪਣੇ ਆਸ-ਪਾਸ ਘਰਾਂ ਦੇ ਫਰਸ਼ਾਂ پارکਾਂ ਅਤੇ ਹੋਰ ਕਈ ਥਾਵਾਂ ਤੇ ਦੇਖ ਸਕਦੇ ਹਾਂ ਆਓ ਟਾਈਲਾਂ ਨਾਲ ਕੁਝ ਹੋਰ ਡਿਜ਼ਾਈਨ ਬਣਾਉਦੇ ਹਾਂ प्यारे बच्चों ये स्टाइल नु देखो जबो इसी तरह दियां ਹੋਰ टाइला नु ਲੈ ਕੇ ਇਹਨਾਂ ਟਾਇਲਾਂ ਨੂੰ ਆਪਸ ਵਿੱਚ ਜੋੜ ਕੇ ਡਿਜ਼ਾਈਨ ਬਣਾਇਆ ਜਾਂਦਾ ਹੈ ਤਾਂ ਇਹ ਟਾਇਲਾਂ ਆਪਸ ਵਿੱਚ ਚੰਗੀ ਤਰ੍ਹਾਂ ਜੁੜ ਜਾਂਦੀਆਂ ਹਨ ਇਸ ਤਰ੍ਹਾਂ ਜੁੜਦੇ ਹੋਏ ਇਹ ਟਾਇਲਾਂ ਫਰਸ਼ ਨੂੰ ਚੰਗੀ ਤਰ੍ਹਾਂ ਟੱਕ ਲੈਂਦੀਆਂ ਹਨ ਆਓ ਬੱਚਿਓ ਹੁਣ ਕੁਝ ਹੋਰ ਟਾਇਲਾਂ ਤੋਂ ਬਣਨ ਵਾਲੇ ਡਿਜ਼ਾਈਨ ਵੇਖਦੇ ਹਾਂ ਬੱਚਿਓ ਹੋ ਇਹ ਸਵਰਗਾ ਕਟਾਇਲ ਨੂੰ ਦੇਖੋ ਇਸੇ ਟਾਇਲ ਵਰਗੀਆਂ ਜਦੋਂ ਅਸੀਂ ਹੋਰ ਟਾਇਲਾਂ ਲੈ ਕੇ ਇਹਨਾਂ ਨੂੰ ਆਪਸ ਵਿੱਚ ਜੋੜਦੇ ਹਾਂ ਇਸ ਤਰ੍ਹਾਂ ਇਹਨਾਂ ਵਰਗਾਕਾਰ ਟਾਇਲਾਂ ਨੂੰ ਜੋੜਨ ਤੇ ਇਹ ਡਿਜ਼ਾਈਨ ਬਣਦਾ ਹੈ ਬੱਚਿਓ ਤ੍ਰਿਪੁੱਜ ਦੇ ਆਕਾਰ ਦੀ ਇਸ ਟਾਇਲ ਨੂੰ ਦੇਖੋ ਇਸ ਨਾਲ ਜਦੋਂ ਇਸੇ ਆਕਾਰ ਦੀਆਂ ਹੋਰ ਟਾਇਲਾਂ ਲਗਾ ਦਿੰਦੇ ਹਾਂ ਤਾਂ ਦੇਖੋ ਬੱਚਿਓ ਇਹ ਟਾਇਲਾਂ ਵੀ ਚੰਗੀ ਤਰ੍ਹਾਂ ਇੱਕ ਦੂਜੇ ਨਾਲ ਜੁੜ ਜਾਂਦੀਆਂ ਹਨ ਇਸ ਤਰ੍ਹਾਂ ਬੱਚਿਓ ਤ੍ਰਿਭੁਜ ਦੇ ਆਕਾਰ ਦੀਆਂ ਟਾਇਲਾਂ ਤੋਂ ਇਹ ਡਿਜ਼ਾਈਨ ਬਣਦਾ ਹੈ ਪਿਆਰੇ ਬੱਚਿਓ ਇੱਥੇ ਸਾਨੂੰ ਦਿੱਤਾ ਹੈ ਕਿ ਹੇ ਦੇਸ਼ ਖੇਤਰ ਨੂੰ ਦਿਖਾਏ ਅਨੁਸਾਰ ਟਾਇਲਾਂ ਨਾਲ ਟਕੋ ਅਤੇ ਰੰਗ भरो ਤਾਂ ਦੇਖੋ ਬੱਚਿਓ ਇੱਥੇ ਇਹ ਟਾਇਲ ਸਾਨੂੰ ਕਿਹਸਾਕਾਰ ਦੀ ਦਿੱਤੀ ਹੈ ਹਾਂਜੀ ਇਹ ਵਰਗਾਕਾਰ ਆਕਾਰ ਦੀ ਟਾਇਲ ਹੈ ਇਸ ਲਈ ਬੱਚਿਓ ਅਸੀਂ ਦਿੱਤੇ ਹੋਏ ਇਸ ਖੇਤਰ ਨੂੰ ਇਸ ਟਾਇਲ ਦੇ ਆਕਾਰ ਦੇ ਵਿੱਚ ਹੀ ਟਾਇਲਾਂ ਨਾਲ ਟੱਕ ਲੈਂਦੇ ਹਾਂ ਤੇ ਉਵੇਂ ਦਾ ਹੀ ਡਿਜ਼ਾਈਨ ਬਣਾ ਲੈਂਦੇ ਹਾਂ ਹੁਣ ਬੱਚਿਓ ਇਸ ਨੂੰ ਦਿੱਤੇ ਹੋਏ ਰੰਗ ਨਾਲ ਪਰ ਦੇਣਾ ਹੈ ਦੇਖੋ ਬੱਚਿਓ ਇੱਥੇ ਦੋ ਟਾਇਲਾਂ ਦਿੱਤੀਆਂ ਹੋਈਆਂ ਹਨ ਅਤੇ ਉਹਨਾਂ ਦੇ ਸਾਹਮਣੇ ਦੋ ਡਿਜ਼ਾਈਨ ਬਣੇ ਹੋਏ ਹਨ ਤਾਂ ਬੱਚਿਓ ਅਸੀਂ ਇਹ ਮਿਲਾਨ ਕਰਨਾ ਹੈ ਕਿ ਕਿਹੜਾ ਡਿਜ਼ਾਈਨ ਕਿਹ ਸਟਾਈਲ ਨਾਲ ਬਣਿਆ ਹੈ ਤਾਂ ਦੱਸੋ ਬੱਚਿਓ ਇਸ ਸਟਾਈਲ ਨਾਲ ਕਿਹੜਾ ਡਿਜ਼ਾਈਨ ਬਣਿਆ ਹੈ ਸ਼ਾਬਾਸ਼ ਇਸ ਸਟਾਈਲ ਦੇ ਨਾਲ ਇਹ ਵਾਲਾ ਡਿਜ਼ਾਈਨ ਬਣਿਆ ਹੈ ਤੇ ਇਸ ਸਟਾਈਲ ਨਾਲ ਬੱਚਿਓ ਕਿਹੜਾ ਡਿਜ਼ਾਈਨ ਬਣਿਆ ਹੈ ਸ਼ਾਬਾਸ਼ ਇਸ ਸਟਾਈਲ ਨਾਲ ਇਹ ਡਿਜ਼ਾਈਨ ਬਣਿਆ ਹੈ ਪਿਆਰੇ ਬੱਚਿਓ ਅੱਜ ਦਾ ਸਵਾਲ ਹੈ ਇੱਥੇ ਤੁਹਾਨੂੰ ਟਾਈਲਾਂ ਨਾਲ ਬਣਿਆ ਹੋਇਆ ਇਹ ਡਿਜ਼ਾਈਨ ਦਿੱਤਾ ਹੋਇਆ ਹੈ ਦੇਖੋ ਬੱਚਿਓ ਇੱਥੇ ਤੁਹਾਨੂੰ ਚਾਰ ਤਰ੍ਹਾਂ ਦੀਆਂ ਟਾਇਲਾਂ ਵੀ ਦਿੱਤੀਆਂ ਹੋਈਆਂ ਹਨ ਤਾਂ ਇਹਨਾਂ ਵਿੱਚੋਂ ਦੇਖੋ ਕਿ ਕਿਸ ਸਟਾਈਲ ਦੀ ਵਰਤੋਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੀਤੀ ਹੈ ਹਾਂਜੀ ਦੇਖੋ ਬੱਚਿਓ ਸ਼ਾਬਾਸ਼ ਤਾਂ ਕਿਹੜੀ ਆਪਸ਼ਨ ਠੀਕ ਹੈ ਬਿਲਕੁਲ ਠੀਕ ਈੜੀ ਆਪਸ਼ਨ ਠੀਕ ਹੈ ਪਿਆਰੇ ਬੱਚਿਓ ਕਰਦੇ ਕੰਮ ਵਿੱਚ ਤੁਸੀਂ ਪੰਨਾ ਨੰਬਰ 147 ਉੱਤੇ ਆਓ ਕਰੀਏ ਦਾ ਪਹਿਲਾ ਸਵਾਲ ਜਿਸ ਵਿੱਚ ਇੱਕ ਪਾਸੇ ਦੋ ਟਾਇਲਾਂ ਦਿੱਤੀਆਂ ਹਨ ਅਤੇ ਦੂਜੇ ਪਾਸੇ ਇਨ੍ਹਾਂ ਟਾਇਲਾਂ ਤੋਂ ਬਣੇ ਦੋ ਡਿਜ਼ਾਈਨ ਦਿੱਤੇ ਹੋਏ ਹਨ ਬੱਚਿਓ ਤੁਸੀਂ ਹਰ ਟਾਇਲ ਦਾ ਮਿਲਾਨ ਉਸ ਤੋਂ ਬਣਨ ਵਾਲੇ ਡਿਜ਼ਾਈਨ ਨਾਲ ਕਰਨਾ ਹੈ ਅਤੇ ਪੰਨਾ ਨੰਬਰ 148 ਉੱਤੇ ਦੂਜਾ ਸਵਾਲ ਹੈ ਹੇਠਾਂ ਦਿੱਤੇ ਖੇਤਰ ਨੂੰ ਦਿਖਾਏ ਅਨੁਸਾਰ ਟਾਇਲਾਂ ਨਾਲ ਟਕੋ ਅਤੇ ਰੰਗ ਭਰੋ ਇਸ ਵਿੱਚ ਬੱਚਿਓ ਜਮਾਤ ਵਿੱਚ ਕਰਵਾਏ ਅਨੁਸਾਰ ਤੁਸੀਂ ਪਹਿਲੇ ਖੇਤਰ ਵਿੱਚ ਵਰਗਾਕਾਰ ਟਾਇਲਾਂ ਬਣਾ ਕੇ ਰੰਗ ਭਰਨਾ ਹੈ ਇਸੇ ਤਰ੍ਹਾਂ ਦੂਜੇ ਸਵਾਲ ਵਿੱਚ ਤ੍ਰਿਪੂਜਾਕਾਰ ਦੀਆਂ ਟਾਇਲਾਂ ਨਾਲ ਟੱਕ ਕੇ ਰੰਗ ਭਰਨਾ ਹੈ ਧੰਨਵਾਦ